ਅਸੀਂ ਸਰਕਾਰ ਤੋਂ ਆਪੀ ਦੀ ਸਰਕਾਰ ਤੋਂ ਮਾਨਸਾ ਤੋਂ ਮੰਗ ਕਰਦੇ ਆ ਕਿ ਇਹ ਮਾਨਸਾ ਜ਼ਿਲ੍ਹੇ ਦੇ ਇਥੇ ਬਲਾਕ ਬਲਾਡੇ ਦੇ ਵਿੱਚ ਕੋਈ ਮਸ਼ੀਨ ਅੱਗ ਬਚਾਉ ਨਹੀਂ ਹੈਗੀ ਤਾਂ ਮੰਗ ਕਰਦੇ ਆ ਵੀ ਇਹ ਜੇ ਦੁਰਘਟਨਾ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਸਹੂਲਤ ਦੇਣੀ ਚਾਹੀਦੀ ਹੈ ਜਿਹੜੇ ਬੰਦੇ ਮੁਲਾਜ਼ਮ ਰੱਖੇ ਹੋਏ ਅੱਜ ਵੀ ਕੱਚੇ ਮੁਲਾਜ਼ਮ ਕੱਢ ਦਿੱਤੇ ਗਏ ਉਹ ਜਾਣਕਾਰ ਵਧੀਆ ਅੱਗ ਬਚਾਉ ਮਸ਼ੀਨਾਂ ਦੇ ਲੱਗੇ ਹੋਏ ਸੇ ਅੱਜ ਉਹਨਾਂ ਨੂੰ ਬਹਾਲ ਕੀਤਾ ਜਾਵੇ ਅਤੇ ਮਸ਼ੀਨਰੀ ਦਾ ਅੱਗ ਬਜਾਉ ਮਸ਼ੀਨਾਂ ਜ਼ਰੂਰ ਚਾਹੀਦੀਆਂ ਨੇ ਇਲਾਕੇ ਦੇ ਵਿੱਚ ਤਾਂ ਕਿ ਇਹ ਦੁਰਘਟਨਾ ਤੋਂ ਬਚ ਸਕੇ ਜੋ ਕਿ ਅੱਜ ਸਾਡੇ ਪਿੰਡ ਵਿੱਚ ਦੁਪਹਿਰੇ ਬਿਜਲੀ ਦੇ ਕੋਈ ਜਾਨਵਰ ਦੇ ਨਾਲ ਸਰਕਟ ਹੋਣ ਨਾਲ ਕਣਕ ਨੂੰ ਅੱਗ ਲੱਗ ਗਈ ਸੀ ਉਹ ਕੁਟਟੋਂ ਸਾਡੇ ਪਿੰਡ ਵਿੱਚ ਪਾਣੀ ਦੇ ਢੋਲ ਸਪਰੇ ਵਾਲੇ ਭਰੇ ਹੋਏ ਸੀ ਇਸ ਕਰਕੇ ਸਾਰਾ ਪਿੰਡ ਕੁਟਟੋਂ ਨੇੜੇ ਸੀਗੀ ਕਿਉਂਕਿ ਕਣਕ ਸਾਰੀ ਆਈ ਪਈ ਐ ਕਣਕ ਦਾ ਬਹੁਤ ਨੁਕਸਾਨ ਹੋਣਾ ਸੀ ਸੋ ਮੈਂ ਬੇਨਤੀ ਕਰਦਾ ਵੀ ਇੱਕ ਤਾਂ ਲਾਈਟ ਬੰਦ ਕੀਤੀ ਜਾਵੇ ਬਾਕੀ ਜਿਹੜਾ ਮੁਆਵਜ਼ਾ ਇਹਦਾ 2 ਕਿੱਲਿਆਂ ਦਾ ਇਹਨਾਂ ਨੂੰ ਦਿੱਤਾ ਜਾਵੇ ਜੋ ਕਿ ਮਾਲਕ ਨੇ ਜੱਗੀ ਸਿੰਘ ਤੇ ਬਾਕੀ ਮੈਂ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਜਿਹੜਾ ਕਿ 3 ਮਹੀਨੇ ਹੋ ਗਏ ਸਾਨੂੰ ਉਹ ਫਾਇਰ ਬ੍ਰਿਗੇਡ ਵਾਲੇ ਮੁਲਾਜ਼ਮਾਂ ਨੂੰ ਨਗਰ ਕੌਂਸਲ ਮਾਨਸਾ ਵੱਲੋਂ ਕੱਢਿਆ ਜਾ ਰਿਹਾ ਹੈ ਤੇ ਜੇਕਰ ਅੱਜ ਇਹ ਅੱਗ ਬਾਦ ਜਾਂਦੀ ਤਾਂ ਉਹ ਜਾਣਕਾਰ ਮੁਲਾਜ਼ਮ ਸੀਗੇ ਇਹ ਨਗਰ ਕਾਉਂਸਲ ਦਾ ਪ੍ਰਧਾਨ ਹੈ ਜਿਹੜਾ ਬਿਲਕੁਲ ਸਾਡੇ ਨਾਲ 2-3 ਵਾਰੀ ਵਾਅਦਾ ਕਰਕੇ ਵਾਦਾ ਖਿਲਾਫੀ ਕਰ ਗਿਆ ਸੋ ਇਹ ਛੇਤੀ ਤੋਂ ਛੇਤੀ ਬਹਾਰ ਕੀਤਾ ਜਾਣਾ ਤਾਂ ਕਿ ਜਿਹੜੀਆਂ ਫਾਇਰ ਬ੍ਰਿਗੇਡ ਨੇ ਇਹਨਾਂ ਨੂੰ ਜਾਣਕਾਰੀ ਇਹ ਚਲਾਉਂਦੇ ਨੇ ਸੋ ਇਹਨਾਂ ਨੂੰ ਛੇਤੀ ਤੋਂ ਛੇਤੀ ਕੰਕਾਂ ਦਾ ਬਹੁਤ ਟਾਈਮ ਹੁਣ ਗਲਤ ਹੈਗਾ ਅੱਗ ਕਿਤੇ ਵੀ ਲੱਗ ਸਕਦੀ ਹੈ ਸਾਰੇ ਜ਼ਿਲ੍ਹੇ 'ਚ ਸੋ ਇਹ ਮੁਲਾਜ਼ਮਾਂ ਨੂੰ ਜ਼ਰੂਰ ਬਹਾਲ ਕੀਤਾ ਜਾਵੇ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਜੀ ਪਿੰਡ ਦੀ ਮਦਦ ਨਾਲ ਬੁਝਾਈ ਗਈ ਹੈ ਜੀ ਸਾਰੇ ਸਪਰੇਆ ਏ ਢੋਲ ਤੇ ਢਾਣੇ ਵੱਢ ਕੇ ਦੇਖਾਂ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਲੋਕ ਆਲਾ ਮੌਕੇ ਤੇ ਕੋਈ ਨਹੀਂ ਪਹੁੰਚਾ ਨਾ ਜੀ ਕੋਈ ਨਹੀਂ ਮੌਕੇ ਤੇ ਆ ਹੁਣ ਆ ਗਏ ਸੀ ਖੈਰ ਪ੍ਰਸ਼ਾਸਨ ਵਾਲੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜੜਕ ਦੇਣ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਛੇਤੀ ਪਹੁੰਚੇ